ਇਹਨਾਂ ਦੇ ਅਸੀਂ ਜਿਹੜੇ ਰਿਸਪੈਕਟਿਵ ਡਿਸਟ੍ਰਿਕਟਸ ਦੇ ਥਰੂ ਇਹਨਾਂ ਦੀਆਂ ਪ੍ਰੋਪਰਟੀਜ਼ ਅਟੈਚ ਕਰਨ ਦੇ ਵੀ ਕੇਸਿਸ ਕਰਾਂਗੇ, ਪ੍ਰੋਪਰਟੀਜ਼ ਆਈਡੈਂਟੀਫਾਈ ਕੀਤੀਆਂ ਜਾਣਗੀਆਂ ਐਂਡ ਪ੍ਰੋਪਰਟੀ ਅਟੈਚ ਕਰਨ ਵਾਸਤੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜਾਂਗੇ। ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ? ਇਹ 4-5 ਸਾਲ ਤੋਂ ਇਹਨਾਂ ਦਾ ਨੈਟਵਰਕ ਚੱਲ ਰਿਹਾ ਸੀ। ਹਾਂ, ਕਈਆਂ ਦੇ ਕੁਛ ਤੇ ਪਰ ਬੰਦਿਆਂ ਦੇ ਮਾਮਲੇ ਦਰਜ ਨੇ। ਐਸਟੀਐਫ ਯੂਨਿਟ ਨੇ ਕਾਰਵਾਈ ਕਰਦੇ ਹੋਇਆਂ 24 ਤਰੀਕ ਔਰ 25 ਤਰੀਕ ਦੇ ਵਿੱਚ ਅਸੀਂ 3 FIRs ਰਜਿਸਟਰ ਕੀਤੀਆਂ ਨੇ, 79, 81 ਐਂਡ 82 ਨੰਬਰ, ਐਸਟੀਐਫ ਪੁਲਿਸ ਸਟੇਸ਼ਨ ਮੋਹਾਲੀ 'ਚ। ਇਹਦੇ ਵਿੱਚ ਅਸੀਂ ਜਿਹੜਾ ਨੈਟਵਰਕ ਬ੍ਰੇਕ ਕੀਤਾ ਹੈਗਾ, 8 ਵਿਅਕਤੀਆਂ ਦਾ ਨੈਟਵਰਕ ਸਾਹਮਣੇ ਆਇਆ ਸੀਗਾ ਜਿਹੜਾ ਅੰਮ੍ਰਿਤਸਰ ਔਰ ਲੁਧਿਆਣੇ ਵਿੱਚ ਫੈਲਿਆ ਹੋਇਆ ਸੀ। ਅੰਮ੍ਰਿਤਸਰ ਤੋਂ ਸਪਲਾਈ ਹੁੰਦੀ ਸੀ ਐਂਡ ਲੁਧਿਆਣਾ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਸੀਗਾ। ਇਹਦੇ ਵਿੱਚ ਅਸੀਂ ਜਿਹੜੇ 7 ਵਿਅਕਤੀ ਗ੍ਰਿਫਤਾਰ ਕਰ ਲਏ ਨੇ, ਇਹਨਾਂ ਕੋਲੋਂ 1 ਕਿਲੋ 918 ਗ੍ਰਾਮ ਹੈਰੋਇਨ ਔਰ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਇਹਨਾਂ ਕੋਲੋਂ 2 ਕੁਇੰਟਲ 10 ਕਿਲੋ ਪੋਪੀ ਹਸਕ, 2 ਕਾਰਾਂ ਔਰ 1 ਲੱਖ ਰੁਪਏ ਦੀ ਡਰੱਗ ਮਨੀ ਰਿਕਵਰ ਕੀਤੀ ਹੈ। ਇਸ ਦੇ ਨਾਲ ਜਿਹੜਾ ਵਾ ਇਸ ਏਰੀਏ ਦੇ ਵਿੱਚ ਇਸ ਨੈਟਵਰਕ ਬ੍ਰੇਕ ਹੋਣ ਦੇ ਨਾਲ ਡਰੱਗ ਸਪਲਾਈ ਦੇ ਉੱਪਰ ਬਹੁਤ ਵੱਡਾ ਇੰਪੈਕਟ।